कैमरा करके भाई जान कर फ्रंट कैमरा ਸਤਿ ਸ਼੍ਰੀ ਅਕਾਲ ਪੰਜਾਬੀਓ ਐਂ ਜਨ ਕਰ ਲਾ ਤਾਂ ਐਂ ਕਰ ਲਾ ਵੀ ਲਾਈਟ ਜੀ ਪੈਂਦੀ ਹੈ ਓਕੇ ਤੇ ਲਾਈਵ ਦਿਖਾਈ ਮੜਾ ਬਹੁਤ ਜ਼ਰੂਰੀ ਗੱਲਾਂ ਕਰ ਰਹੀਆਂ ਨੇ ਇਸ ਕਰਕੇ ਰਾਤ ਨੂੰ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਨ ਬੈਠੇ ਹਾਂ ਕਿ ਇੱਕ ਤਾਂ ਹੁਣੇ ਹੁਣੇ ਸਾਨੂੰ ਜਿਹੜਾ ਪਤਾ ਲੱਗਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਨਰਾਇਣਗੜ੍ਹ ਜਿਹੜਾ ਪੰਪ ਹੈ ਨਰਾਇਣਗੜ੍ਹ ਦੇ ਸਾਹਮਣੇ ਜਿਹੜਾ ਬਿਲਕੁਲ ਰਿਲਾਇੰਸ ਦਾ ਪੰਪ ਹੈ ਉੱਥੇ यूपी ਦੇ ਵਿੱਚੋਂ आए हुए कोई ट्रक ਜਿਹੜੇ ट्राले ने बड़े घोड़े ने ते कुछ ਜਿਹੜੇ ट्रैक्टर ने उन्होंने उत्ते ਜਿਹੜਾ यूपी ਦੇ ਵਿੱਚੋਂ चौल आ रहे ने ਵਿਕਣ ਦੇ ਲਈ ਪੰਜਾਬ ਦੇ ਵਿੱਚ ਤੇ ਉੱਥੋਂ ਵੀ ਸਾਡੀ ਬੰਦਿਆਂ ਨਾਲ ਗੱਲ ਹੋਈ ਉਹਨਾਂ ਦੱਸਿਆ ਕਿ ਸਾਨੂੰ ਇਹ ਵੀ ਦੱਸਿਆ ਉਹਨਾਂ ਨੇ ਟਰੱਕਾਂ ਵਾਲਿਆਂ ਨੇ ਜਿਨ੍ਹਾਂ ਨੂੰ ਫੜਿਆ ਕਿ 400 ਟਰੱਕ ਜਿਹੜਾ ਹੋਰ ਭਰਿਆ ਖੜਾ यूपी ਦਾ ਤਾਂ ਉਹ ਪੰਜਾਬ ਦੇ ਵਿੱਚ ਉਹਨਾਂ ਵੇਖਣ ਲਈ ਆ ਰਿਹਾ ਹੈ आप रात भी गल की सी सो हूँ फिर ये गल आप करते हैं कि यार सानू सचेत होने की लोड़ है। मैं अपील करदा श्री मुकतसर जिले के जिन्हें भी आले दुआले उहदे पिंड ने मलोड़ के आले दुआले पिंड ने जिन्ने तो सारे बेनती करदा कि भरावो तड़के वड्डी गिणती दे विच उत्थे कट करो उन्हां दा घराओ करो इन्हां नूं घेरो इन्हां दे जो भी कार्रवाई बनती है वह कराओ क्योंकि उत्थे हुण सानू दस्सिया ਜਥੇਬੰਦੀਆਂ ਵਾਲਿਆਂ ਨੇ ਕਹਿੰਦੇ ਬਈ ਇੱਥੇ ਸਾਨੂੰ ਇਹ ਵੀ ਹਾਲਾਤ ਪੈਦਾ ਹੋ ਰਹੇ ਨੇ ਕਿ ਪੁਲਿਸ ਇਹ ਵੀ ਦੱਸ ਰਹੀ ਹੈ ਕਿ ਕੋ ਸਿਆਸੀ ਬੰਦੇ ਨੇ ਸੱਤਾ ਵਾਲੇ ਨੇ ਜਿਹੜੇ ਕੁਛ ਉਹ ਵੀ ਉਹਨਾਂ ਦੇ ਦਬਾਅ ਪਾ ਰਹੇ ਨੇ ਪੁਲਿਸ 'ਤੇ ਕਿ ਤੁਸੀਂ ਜਿਹੜੇ ਟਰੈਕਟਰਾਂ 'ਤੇ ਕਾਰਵਾਈ ਕਰਦੇ ਹੋ ਜਿਹੜੇ ਘੋੜੇ ਆ ਟਰਾਲੇ ਆ ਉਹ ਛੱਡ ਦਿਓ ਸੋ ਹੁਣ ਇਹਨਾਂ ਨੂੰ ਵੀ ਆਪਾਂ ਨੂੰ ਸਾਹਮਣੇ ਲਿਆਉਣਾ ਪੈਣਾ ਖਿੱਚ ਕੇ ਜਿਹੜੇ ਵੀ ਬੰਦੇ ਅੱਜ ਪੰਜਾਬ ਦੇ ਵਿੱਚੋਂ ਸਿਆਸੀ ਬੰਦੇ ਕੋਈ ਵੀ ਹੁਣ ਕਿਸੇ ਵੀ ਪਾਰਟੀ ਦੇ ਹੋਣ ਤਾਂ ਉਹ ਸਾਰਿਆਂ ਨੂੰ ਆਪਾਂ ਸਾਹਮਣੇ ਲਿਆਉਣਾ ਪੈਣਾ ਕਿ ਕਿਹੜੇ ਬੰਦੇ ਨੇ ਉਹ ਨੰਗੇ ਕਰਨੇ ਪੈਣੇ ਆ ਜਿਹੜੇ ਅੱਜ ਇਹਨਾਂ ਦੇ ਹੱਕ ਦੇ ਵਿੱਚ ਇਹ ਕਹਿ ਰਹੇ ਨੇ ਕਿ ਤੁਸੀਂ ਟਰਾਲੀਆਂ ਦੇ ਟਰੈਕਟਰਾਂ ਦੇ ਪਰਚਾ ਕਰ ਦਿਓ ਦੂਜਿਆਂ ਨੂੰ ਛੱਡ ਦਿਓ ਸੋ ਭਰਾਵੋ ਚਕੰਨੇ ਹੋ ਜਾਓ ਥੋੜ੍ਹਾ ਤਿਆਰ ਰਹੋ ਇਹਨਾਂ ਕੰਮਾਂ ਦੇ ਲਈ ਹੁਣ ਰਾਤ ਨੂੰ ਵੀ ਉਸ ਰਾਤ ਬਰਾਤੇ ਵੀ ਇਹ ਹਨੇਰੇ ਦਾ ਫਾਇਦਾ ਉਠਾ ਕੇ ਸਾਡੀਆਂ ਮੰਡੀਆਂ ਦੇ ਵਿੱਚ ਕੋਈ ਯੂਪੀ ਦੇ ਵਿੱਚੋਂ ਜਾਂ ਕਿਤੇ ਹੋਰ ਸੂਬੇ ਦੇ ਵਿੱਚੋਂ ਲਿਆ ਕੇ ਝੋਨੇ ਵੇਚਣਗੇ ਤਾਂ ਕੱਲ੍ਹ ਨੂੰ ਮੇਰਾ ਵੀਰ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਉੱਥੇ ਪਹੁੰਚੋ ਨਰਾਇਣਗੜ੍ਹ ਦੇ ਸਾਹਮਣੇ ਜਿਹੜਾ ਬਿਲਕੁਲ ਰੈਂਸ ਦਾ ਪੰਪ ਹੈ ਬੰਦ ਕੀਤਾ ਹੋਇਆ ਜਥੇਬੰਦੀਆਂ ਵਾਲੇ ਉੱਥੇ ਬੈਠੇ ਨੇ ਨੌਜਵਾਨ ਮੁੰਡੇ ਵੀ ਉੱਥੇ ਬੈਠੇ ਨੇ ਦੂਜਾ ਹੈਗਾ ਗਾ ਜਿਹੜੀ KRBL ਧੂਰੀ ਜਿਹੜੀ ਉਹ ਲਾਈ ਹੋਈ ਆ ਫੈਕਟਰੀ ਪਿਛਲੇ ਕਈ ਸਾਲਾਂ ਤੋਂ ਫੈਕਟਰੀ ਦਾ ਰੌਲਾ ਵੀ ਪੈਂਦਾ ਆ ਰਿਹਾ ਕਿ ਉਹ ਫੈਕਟਰੀ ਸਾਰਾ ਜਿਹੜਾ ਗੰਦਾ ਪਾਣੀ ਹੈ ਜ਼ਹਿਰੀਲਾ ਪਾਣੀ ਹੈ ਆਪਣਾ ਉਹ ਧਰਤੀ ਹੇਠਾਂ ਪਾਈ ਜਾਂਦੇ ਅਸੀਂ ਵੀ ਜਾ ਕੇ ਆਏ ਸੀ ਨੇੜੇ ਤੇੜੇ ਉੱਥੇ ਪ੍ਰਦੂਸ਼ਣ ਕੰਟਰੋਲ ਬੋਰਡ ਵਾਲੇ ਵੀ ਆਏ ਸੀਗੇ ਪਿਛਲੇ ਸਾਲ ਉਹਨਾਂ ਨੇ ਵੀ ਉਹਦਾ ਚੈੱਕ ਕੀਤਾ ਸੀਗਾ ਆ ਕੇ ਪਾਣੀ ਨੂੰ ਤਾਂ ਸਾਰੇ ਆਲੇ ਦੁਆਲੇ ਕਈ ਪਿੰਡਾਂ ਦੇ ਵਿੱਚ ਜਿਹੜਾ ਬੋਰਾਂ ਦਾ ਪਾਣੀ ਹੈ ਹੇਠੋਂ ਉਹ ਨਿਰਾ ਪੂਰਾ ਜ਼ਹਿਰੀਲਾ ਨਿਕਲ ਰਿਹਾ ਐਂ ਕਾਲਾ ਪਾਣੀ ਨਿਕਲ ਰਿਹਾ ਡਾਂਜਰ ਗਾ ਕਾਲਾ ਨਿਕਲਦਾ ਪਾਣੀ ਤਾਂ ਉਹ KRBL ਵਾਲਿਆਂ ਨੇ ਵੀ ਇਹ ਕੰਮ ਸ਼ੁਰੂ ਕਰਤਾ ਮੇਰਾ ਇਕਬਾਲ ਆ ਬਾਦਸ਼ਾਹਪੁਰ ਪਿੰਡਾਂ ਦਾ ਧੂਰੀ ਦੇ ਕੋਲੇ ਇਹਨੇ ਮੈਨੂੰ ਦੱਸਿਆ ਕਹਿੰਦਾ ਬਾਈ ਉਹਨਾਂ ਨੇ ਸਿੱਧੀ ਪਹੁੰਚ ਕਰਨੀ ਸ਼ੁਰੂ ਕਰਤੀ ਕਿਸਾਨਾਂ ਤੱਕ ਕਿ ਤੁਸੀਂ ਜਿਹੜਾ ਝੋਨਾ ਸਾਨੂੰ ਦੇ ਦਿਓ ਸਾਡੀ ਜਿਹੜੀ ਆ ਫੈਕਟਰੀ ਆ ਸਿੱਧੀ ਟਰਾਲੀ ਇੱਥੇ ਲਿਆਓ ਜੇ ਤੁਸੀਂ ਜਿਹੜਾ ਸਾਡੇ ਕੋਲੋਂ ਆਪਣੇ 100 ਰੁਪਇਆ 200 ਰੁਪਇਆ ਵੱਧ ਕੁਇੰਟਲ ਮਗਰ ਲੈ ਲਿਓ ਤਾਂ ਵਾਰ ਵਾਰ ਤੁਹਾਨੂੰ ਬੇਨਤੀਆਂ ਕਰਦੇ ਹਾਂ ਕਿ ਤੁਹਾਨੂੰ ਐਂ ਭਰਾਵੋ ਲਿਜਾਇਆ ਜਾਊਗਾ ਵੱਧ ਥੋੜ੍ਹੇ ਮੋਟੇ ਕੋਈ ਲਾਲਚ ਦੇ ਕੇ ਸਾਨੂੰ ਇਹ ਗੁੰਮਰਾਹ ਕੀਤਾ ਜਾਊਗਾ ਪਰ ਇਹ ਹੁਣ ਇੱਕ ਦੋ ਵਾਰੀ ਹੈ ਮੁੜ ਕੇ ਨਹੀਂ ਫਿਰ ਇਹਨਾਂ ਨੇ ਸਾਨੂੰ ਇਹ ਵੱਧ ਕੋਈ ਰੁਪਈਏ ਸਾਡੀ ਫਸਲ ਦੇ ਦੇਣੇ ਅਤੇ ਬਾਕੀ ਮੈਂ ਜਿਹੜੀ ਗੱਲ ਹੋ ਰਹੀ ਵਾਰ ਵਾਰ ਇਹ ਕਹਿਣਾ ਕਿ ਜੇ ਬਾਹਰਲਾ ਸੂਬਿਆਂ ਦਾ ਝੋਨਾ ਸਾਡੇ ਇੱਥੇ ਆ ਕੇ ਵਿਕਦਾ ਤਾਂ ਫਿਰ ਸਾਡਾ ਕਿਹਨੇ ਲੈਣਾ ਉਹ ਦੱਸਿਆ ਉਹਨਾਂ ਨੇ ਜਦੋਂ ਫੜਿਆ ਟਰੱਕਾਂ ਵਾਲਿਆਂ ਨੇ ਕਹਿੰਦੇ ਉੱਥੇ 800 ਜਾਂ 900 ਰੁਪਏ ਦਾ ਰੇਟ ਹੈ 900 ਦੱਸਿਆ ਜੀ ਹੈ ਨਾ 900 ਦਾ ਰੇਟ ਹੈ ਅਤੇ ਇੱਥੇ ਉਹ ਆ ਕੇ ਮਹਿੰਗੇ ਰੇਟ ਦੇ ਉੱਤੇ ਵੇਚੀ ਜਾਂਦੇ ਨੇ ਆਹ ਜਿਹੜਾ ਖੁੱਲ੍ਹੀ ਮੰਡੀ ਵਾਲਾ ਕਹਿੰਦੇ ਨਾ ਮੋਦੀ ਖੁੱਲ੍ਹੀ ਮੰਡੀ ਵਾਲਾ ਆਹ ਮਿਲਣ ਲੱਗ ਗਿਆ ਰਿਜ਼ਲਟ ਸਾਨੂੰ ਹੁਣੀ ਪਤਾ ਲੱਗ ਗਿਆ ਕਿ यूपी ਦਾ ਜਾਂ ਹੋਰ ਕਿਤੇ ਸੂਬਿਆਂ ਦਾ ਜਿਹੜਾ ਝੋਨਾ ਇੱਥੇ ਆ ਕੇ ਸਾਡੇ ਵਿਕੀ ਜਾਂਦਾ ਸੋ ਭਰਾਵੋ ਸੁਚੇਤ ਰਹੋ ਜਾਗਦੇ ਰਹੋ ਰਾਤ ਨੂੰ ਪਹਿਰੇ ਵੀ ਦਿਓ ਮੰਡੀਆਂ 'ਚ ਬੈਠੇ ਹੋਏ ਵੀਰਾਂ ਨੂੰ ਮੈਂ ਬੇਨਤੀ ਕਰਦਾ ਜਦੋਂ ਹੀ ਕੋਈ ਸਾਨੂੰ ਸ਼ੱਕ ਪੈਂਦੀ ਹੈ ਕਿ ਬਾਹਰਲੇ ਸੂਬੇ ਦਾ ਕੋਈ ਝੋਨਾ ਬਾਹਰਲੇ ਸੂਬੇ ਦੀ ਕੋਈ ਗੱਡੀ ਹੈ ਤਾਂ ਨਾਲ ਦੀ ਨਾਲ ਤੁਸੀਂ ਜਿਹੜੀ ਤਲਾਹ ਦਿਓ ਜਥੇਬੰਦੀਆਂ ਵਾਲਿਆਂ ਨੂੰ ਤਾਂ ਕਿ ਉਹ ਇਹਦੇ ਜਿਹੜੀ ਕਾਰਵਾਈ ਮੌਕੇ 'ਤੇ ਹੋ ਕੇ ਇਕੱਠੇ ਹੋ ਕੇ ਮੌਕੇ 'ਤੇ ਪ੍ਰਸ਼ਾਸਨ ਬੁਲਾ ਕੇ ਕਾਰਵਾਈ ਕਰੋ ਨਹੀਂ ਪ੍ਰਸ਼ਾਸਨ ਕਾਰਵਾਈ ਕਰਦਾ ਤਾਂ ਇਹਨੂੰ ਵਾਰਨਿੰਗ ਦਿਓ ਵਿੱਚੇ ਪ੍ਰਸ਼ਾਸਨ ਨੂੰ ਵਿੱਚੀ ਜਿਹੜਾ ਲੀਡਰ ਇਹਨਾਂ ਦੇ ਵਿੱਚੀ ਜਿਹੜੀ ਸਰਕਾਰ ਹੈਗੀ ਹੈ
कि तो ये बाहरला झोना असीं किसे भी कीमत दे उत्ते पंजाब दे विच नहीं विकण देवांगे। वाहिगुरू जी का खालसा, वाहिगुरू जी की फतह।